ਹੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਦਿਨ ਦਿਹਾੜੇ ਦੁਕਾਨ ਤੇ ਬੈਠੇ ਇੱਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਵਾਰਦਾਤ ਕਸਬਾ ਮਹਿਰਪੁਰ ਦੇ ਮੁੱਖ ਚੌਂਕ ਦੇ ਵਿੱਚ ਹੋਈ ਹੈ। ਸ਼ਾਮ 5:30 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ 4 ਤੋਂ 5 ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਨੌਜਵਾਨ ਨੂੰ ਪਹਿਲਾਂ ਮੁੱਖ ਚੌਰਾਹੇ ਤੇ ਘੇਰ ਲਿਆ, ਪਰ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜ ਕੇ ਇੱਕ ਦੁਕਾਨ ਦੇ ਵਿੱਚ ਜਾ ਵੜਿਆ, ਜਿਸ ਤੋਂ ਬਾਅਦ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਸੀਨੇ ਦੇ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਹਿਲਪੁਰ ਵਾਸੀ ਸੰਦੀਪ ਉਫ ਵਿੱਚ ਹੋਈ ਹੈ। ਇਹ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਅੱਜ ਸਾਨੂੰ ਸ਼ਾਮ ਨੂੰ SHO ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ 'ਚ ਇਨਫੋਰਮੇਸ਼ਨ ਆਈ ਸੀ ਵੀ ਅੱਡੇ ਦੇ ਵਿੱਚ ਇੱਕ ਸ਼ੋਪ 'ਤੇ ਫਾਇਰਿੰਗ ਹੋਈ ਹੈਗੀ ਆ, ਜਿਹਦੇ 'ਚ ਸੰਦੀਪ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ, ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ, ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨਪ੍ਰੀਤ ਹੈਗਾ। ਇਹ ਦੋ ਬੰਦੇ ਮੋਟਰਸਾਈਕਲ 'ਤੇ ਆਏ ਔਰ ਇਹ ਸ਼ੋਪਿੰਗ ਕਰ ਰਿਹਾ ਸੀ, ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ, ਬਿਲਕੁਲ ਚੌਂਕ ਤੋਂ ਜਦੋਂ ਆਪਾਂ ਜਾਂਦੇ ਹਾਂ ਹੁਸ਼ਿਆਰਪੁਰ ਸਾਹਿਬ ਨੂੰ, ਉੱਥੇ ਇਹਦੇ ਗੋਲੀਆਂ ਮਾਰੀਆਂ। ਔਰ ਇਹਨਾਂ ਦਾ ਜਿਹੜਾ ਮੇਨ ਹੈਗਾ, ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ, ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ। ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ, ਤੂੰ ਕਿੱਦਾਂ ਦੇਖਦਾ, ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਹੈ। ਪਰੰਤੂ ਅੱਜ ਜਿਹੜੇ ਆ ਇਲੀਗਲ ਵੈਪਨਸ ਜੋ ਹੁਣ ਤੱਕ ਸਾਨੂੰ ਖੋਲ ਮਿਲੇ ਆ, ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲੀਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ, ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਅਤੇ ਇੱਕ ਉਹਦੀ ਬਾਂਹ ਦੇ ਵਿੱਚ ਲੱਗ ਕੇ ਅੰਦਰ ਕ੍ਰੋਸ ਹੋਈ ਹੈ। ਕਿੰਨੇ ਰਾਊਂਡ ਫਾਇਰ ਹੋਏ ਸਰ? ਜਿਹੜੇ ਸਾਨੂੰ ਮੌਕੇ 'ਤੇ ਦੱਸ ਰਹੇ 4 ਰਾਊਂਡ ਹੋਏ ਆ, ਪਰ ਜਿਹੜੀਆਂ ਉਹਦੀ ਗੋਲੀਆਂ, 2 ਗੋਲੀਆਂ ਉਹਦੇ ਬੋਡੀ 'ਚ ਡਾਕਟਰ ਦੱਸ ਰਿਹਾ, ਜਿਹੜਾ ਹਾਲੇ ਬਾਕੀ ਦਾ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ। ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤਾਂ 2 ਫਾਇਰ ਗੋਲੀਆਂ ਲੋਕਲੀ ਹੈਗੇ ਆ। ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ, ਮੁਲਾਜ਼ਮ ਹੈਗਾ ਆ, ਉਹਦਾ ਬੇਟਾ ਆ ਜਿਹੜਾ ਰਾਹੁਲ ਹੈ, ਔਰ ਇਹਨਾਂ 'ਤੇ ਪਹਿਲਾਂ ਵੀ ਲੜਾਈਆਂ ਝਗੜਿਆਂ ਦੇ ਸੀ, ਪਰ ਉਹ ਲੜਾਈਆਂ ਝਗੜਿਆਂ ਸੀ ਡਾਂਗਾ ਸੋਟਾਂ ਦੀ, ਅਤੇ ਪਲੱਸ ਜਿਹੜੇ ਦਾਤ ਬੂਤਾਂ ਲੜਾਂ ਦੇ ਹੁੰਦੇ ਸੀ। ਔਰ ਵੈਪਨ ਜਿਹੜੇ ਇਹਨੇ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ, ਔਰ ਇਹਨਾਂ ਨੂੰ ਜਲਦੀ ਅਸੀਂ ਰਾਊਂਡ ਅਪ ਕਰਨਾਗੇ। 2 ਬੰਦੇ ਆਈਡੈਂਟੀਫਾਈ ਹੋਏ ਆ, ਔਰ ਜੋ CCTV ਸਾਨੂੰ ਬਾਹਰਲੇ ਸ਼ੋਪਸ ਤੋਂ ਮਿਲ ਗਏ ਉੱਥੇ ਵੀ ਮੋਟਰਸਾਈਕਲ 'ਤੇ 2 ਬੰਦੇ ਆ ਰਹੇ। ਹਾਂ, FIR ਇਹਨਾਂ ਸਾਰਿਆਂ 'ਤੇ ਹੈਗੇ ਆ, ਅਪਰਾਧਿਕ ਮਾਮਲੇ। ਹਾਂਜੀ, ਇਹਦੇ 'ਤੇ ਵੀ ਸੰਦੀਪ 'ਤੇ ਵੀ FIR ਦਰਜ ਹੈਗੀ, ਔਰ ਉਹਦੇ 'ਤੇ ਵੀ ਹੈਗੀਆਂ, ਰਾਹੁਲ 'ਤੇ ਵੀ ਹੈਗੀਆਂ, ਔਰ ਏਵਨਪ੍ਰੀਤ 'ਤੇ ਵੀ ਹੈਗੀਆਂ, ਇਵਨ ਜਲੰਧਰ ਹੈਗੀ ਏਵਨਪ੍ਰੀਤ 'ਤੇ, ਜਲੰਧਰ ਵੀ ਹੈਗੇ, SAS ਨਗਰ ਵੀ ਹੈਗੇ। ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।